ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਜੋੜਾ ਪੰਕਜ ਅਤੇ ਸਿਮਰਨ ਨੇ, ਜਿਨ੍ਹਾਂ ਦੇ ਪਰਿਵਾਰਾਂ ਨੇ ਇੱਕ ਟਰੈਵਲ ਏਜੰਟ ਨੂੰ 15 ਲੱਖ ਰੁਪਏ ਦਿੱਤੇ, ਇਸ ਆਸ ਦੇ ਨਾਲ ਕਿ ਉਹਨਾਂ ਦੇ ਬੇਟਾ ਬੇਟੀ ਵਿਦੇਸ਼ ਦੇ ਵਿੱਚ ਜਾ ਕੇ ਚੰਗਾ ਭਵਿੱਖ ਬਣਾ ਲੈਣਗੇ। ਪਰ ਅਜਿਹਾ ਨਾ ਹੋਇਆ। ਟਰੈਵਲ ਏਜੰਟ ਨੇ ਇਸ ਪਰਿਵਾਰ ਦੇ ਨਾਲ 15 ਲੱਖ ਦੀ ਠੱਗੀ ਮਾਰੀ। ਡਿਪਰੈਸ਼ਨ ਦਾ ਸ਼ਿਕਾਰ ਹੋਇਆ ਲੜਕੀ ਦਾ ਪਿਤਾ ਗੁਜ਼ਰ ਗਿਆ, ਜਿਸ ਦੀ ਲਾਸ਼ ਨੂੰ ਟਰੈਵਲ ਏਜੰਟ ਦੇ ਘਰ ਮੂਹਰੇ ਰੱਖ ਕੇ ਰੋਸ ਕੀਤਾ ਗਿਆ। ਦੱਸ ਦਈਏ ਕਿ ਟਰੈਵਲ ਏਜੰਟ ਦੇ ਵੱਲੋਂ ਟਿਕਟਾਂ ਦੇ ਕੇ ਇਸ ਜੋੜੇ ਨੂੰ ਏਅਰਪੋਰਟ ਤੇ ਭੇਜਿਆ ਗਿਆ, ਜਿੱਥੇ ਖਾਮੀਆਂ ਪਾਈਆਂ ਗਈਆਂ ਤਾਂ ਬੇਰੰਗ ਇਸ ਜੋੜੇ ਨੂੰ ਵਾਪਸ ਮੁੜਨਾ ਪਿਆ। ਹੁਣ ਨਾ ਤਾਂ ਇਹ ਟਰੈਵਲ ਏਜੰਟ ਪੈਸੇ ਮੋੜਦਾ, ਨਾ ਹੀ ਇਸ ਪਰਿਵਾਰ ਦਾ ਫੋਨ ਚੱਕਦਾ। ਨਿੱਤ ਦੇ ਲਾਰਿਆਂ ਤੋਂ ਦੁਖੀ ਹੋਇਆ ਲੜਕੀ ਦਾ ਪਿਤਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪਿਆ, ਜਿਸ ਦੀ ਅਟੈਕ ਦੇ ਨਾਲ ਮੌਤ ਹੋ ਗਈ। ਮ੍ਰਿਤਕ ਰਾਜਕੁਮਾਰ ਦੀ ਪਤਨੀ ਵੀਨਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਤਾਜਪੁਰ ਰੋਡ ਤੇ ਰਹਿੰਦੀ ਹੈ। ਉਹਨਾਂ ਦੀ ਬੇਟੀ ਸਿਮਰਨ ਅਤੇ ਜਵਾਈ ਪੰਕਜ ਨੂੰ ਵਿਦੇਸ਼ ਭੇਜਣ ਦੇ ਲਈ ਇਸ ਟਰੈਵਲ ਏਜੰਟ ਨੂੰ 15 ਲੱਖ ਰੁਪਏ ਦਿੱਤੇ ਸੀ, ਜਿਸ ਨੇ ਹੁਣ ਧੋਖਾ ਕਰ ਦਿੱਤਾ। ਹੋਇਆ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ, 20 ਲੱਖ ਰੁਪਇਆ ਲਿਆ ਸਾਡੇ ਕੋਲੋਂ ਬੱਚਿਆਂ ਨੂੰ ਲਵਾਉਣ ਵਾਸਤੇ। ਮੇਰਾ ਆਦਮੀ ਟੈਨਸ਼ਨ ਨਾਲ ਪੂਰਾ, ਸਾਡੇ ਕੋਲ ਪੈਸੇ ਨਹੀਂ ਸੀ ਇਲਾਜ ਕਰਾਉਣ ਵਾਸਤੇ। ਮੇਰਾ ਆਦਮੀ ਕਹਿੰਦਾ ਮੈਂ ਨਹੀਂ ਜਾਣਾ, ਮੈਂ ਵਿਆਜਾਂ ਭਰਨੀਆਂ, ਮੈਂ ਆਪਣਾ ਇਲਾਜ ਨਹੀਂ ਕਰਾਉਣਾ। ਮੈਂ ਮਕਾਨ ਵੀ ਰੱਖਿਆ ਹੋਇਆ ਗੈੜੇ, ਉਹ ਵੀ ਮੈਂ 21,000 ਰੁਪਈਏ ਵਿਆਜ ਦਿੰਦੀ ਹਾਂ, 5,000 ਮੈਂ ਇੱਕ ਦਿੰਦੀ ਹਾਂ। ਨਿੱਕਾ ਜੋ ਮੇਰਾ 14 ਸਾਲ ਦਾ ਮੇਰਾ ਮੁੰਡਾ ਕਰਿਆ। ਟੈਨਸ਼ਨ ਪਾ ਕੇ, ਸਟ੍ਰੈਸ ਪਾ ਕੇ, ਕਿੱਥੋਂ ਵਿਆਜਾਂ ਦੇਣ, ਵਿਆਜਾਂ ਵਾਲੇ ਬੋਲਦੇ ਆ ਕੇ। ਅਸੀਂ ਕਿਹਾ ਸੀ ਚੱਲ ਸਾਡਾ ਬੱਚਾ ਸੈੱਟ ਹੋ ਜਾਏਗਾ, ਸਾਡੀ ਮਾੜੀ ਮੋਟੀ ਹੈਲਪ ਕਰੇਗਾ, ਵੀ ਉਹ ਬਿਮਾਰ ਹੈ, ਚਲੋ ਕੁਛ ਦੇਖੇਗਾ। ਜਦੋਂ ਏਅਰਪੋਰਟ ਤੇ ਤੁਹਾਡੇ ਬੱਚੇ ਪਹੁੰਚੇ, ਉੱਥੇ ਹੋਇਆ ਕੀ? ਉੱਥੇ ਬੰਦੇ ਬੱਚੇ ਅੰਦਰ, ਉੱਥੇ ਬਸ ਕਹਿੰਦੇ ਨਕਲੀ ਵੀਜ਼ਾ, ਇਹ ਅੰਦਰ ਗਏ ਕਹਿੰਦੇ ਵੀਜ਼ਾ ਨਕਲੀ ਹੈ, ਬਾਹਰ ਕੱਢ ਦਿੱਤਾ ਬੱਚਿਆਂ ਨੂੰ। ਫੋਨ ਕੀਤਾ ਕਿ ਫੋਨ? ਹਾਂਜੀ, ਅਸੀਂ ਇਹਨੂੰ ਫੋਨ ਕੀਤਾ, ਅਸੀਂ ਇਹ ਮੁੜ ਕੇ ਇਹ ਫੋਨ ਕਰੇ, ਕਹਿੰਦੇ ਟਿਕਟ ਲੈ ਕੇ ਬਾਹਰ ਆ ਜਾਓ, ਕੋਈ ਗੱਲ ਨਾ ਕਰੀਓ, ਮੈਂ ਆਪੇ ਸੰਭਾਲ ਲਾਂਗਾ। ਅੱਛਾ ਜੀ, ਫਿਰ ਉਸ ਤੋਂ ਬਾਅਦ ਅਸੀਂ ਇਹਦੇ ਘਰ ਆਏ, ਗੇੜੇ ਮਾਰਦੇ ਰਹੇ, ਤੁਹਾਨੂੰ ਕਹਿੰਦਾ ਪੈਸੇ ਦੇ ਦਾਂਗਾ, ਪੈਸੇ ਦੇ ਦਾਂਗਾ, ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਸਾਰੀਆਂ, ਇੰਨੀ ਤਰੀਕ ਦੇ ਦਾਂਗਾ ਅੰਕਲ ਜੀ। ਫਿਰ ਇਹਨੇ ਸਾਨੂੰ ਚੈੱਕ ਦੇ ਕੇ ਸਾਡੇ 2 ਮਹੀਨੇ ਮੂੰਹ ਬੰਦ ਕਰ ਦਿੱਤਾ, ਚੈੱਕ ਜੋ ਵੀ ਹੈ। ਬਾਕੀ ਕਹਿੰਦਾ ਮੈਂ ਕੈਸ਼ ਦੇ ਦਾਂਗਾ ਤੁਹਾਨੂੰ, ਇਹ ਚੈੱਕ ਲੈ ਲਓ, ਬਾਕੀ ਮੈਂ ਤੁਹਾਨੂੰ ਕੈਸ਼ ਦੇ ਦਾਂਗਾ ਜੋ ਵੀ ਤੁਸੀਂ ਲਏ ਆ। ਉਸ ਤੋਂ ਬਾਅਦ ਚੈੱਕ ਅਸੀਂ ਲਾਏ, ਬਾਊਂਸ ਹੋ ਗਏ, ਸਾਨੂੰ ਉਹ ਵੀ ਜੁਰਮਾਨਾ ਪਿਆ। ਅਸੀਂ ਕਿਹਾ ਚੱਲ ਕੋਈ, ਅਸੀਂ ਇਹਨੂੰ ਕਿਹਾ ਤੇਰਾ ਚੈੱਕ ਬਾਊਂਸ ਹੋ ਗਿਆ, ਵੀ ਦੱਸ ਹੁਣ ਅਸੀਂ ਕੀ ਕਰੀਏ। ਕਹਿੰਦਾ ਅੰਕਲ ਜੀ ਤੁਹਾਡਾ ਇੱਕ ਇੱਕ ਪਾਈ ਪਾਈ ਦਿਆਂਗਾ। ਅਸੀਂ ਫਿਰ ਫੋਨ ਕੀਤੇ, ਹੁਣ ਹਫ਼ਤੇ ਤੋਂ ਫੋਨ ਨਹੀਂ ਸੀ ਚੁੱਕਦਾ ਪਿਆ ਇਹ ਬੰਦਾ। ਫਿਰ ਕੀ ਨਾਮ ਉਹਨਾਂ ਦਾ? ਦਲਵੀਰ ਸਿੰਘ। ਆਪਣੇ ਬੱਚਿਆਂ ਦਾ ਕੀ ਨਾਮ? ਆਪਣੇ ਬੱਚਿਆਂ ਦਾ ਨਾਮ ਸਿਮਰਨ ਔਰ ਪੰਕਜ। ਅੱਛਾ ਜੀ, ਤੇ ਇਹ ਤੁਹਾਨੂੰ ਟੱਕਰਿਆ ਕਿੱਦਾਂ? ਇਹ ਬਸ ਇਦਾਂ ਹੀ ਜਾਂਦਾ ਸੀ ਸਾਨੂੰ। ਅੱਛਾ ਜੀ, ਪਿਆਰ ਸੀ ਇਹਦਾ ਸਾਡੇ ਨਾਲ। ਸਰਪੰਚ ਨੇ ਕਿਹਾ ਤੁਸੀਂ ਕਾਰਵਾਈ ਕਰੋ, ਮੈਂ ਤੁਹਾਡੇ ਨਾਲ ਹੈਗਾ ਵਾ, ਮੈਂ ਖੜਾ ਵਾ। ਇਹ ਕਿਹੜੇ ਪਿੰਡ ਚ ਆਏ ਹੋ ਤੁਸੀਂ? ਇਹ ਲੁਧਿਆਣੇ ਤੋਂ? ਨਹੀਂ, ਕਵੱਦੀ ਪਿੰਡ ਵਿੱਚ। ਅੱਛਾ ਜੀ, ਮੈਂ ਤਾਂ ਪਹਿਲੀ ਵਾਰੀ ਆਈ, ਮੈਨੂੰ ਤਾਂ ਕਦੀ ਲੈ ਕੇ ਨਹੀਂ ਆਏ, ਮੈਂ ਅੱਜ ਪਹਿਲੀ ਵਾਰੀ ਆਈ ਆ, ਵੀ ਆਪਣੇ ਆਦਮੀ ਦੀ ਲਾਸ਼ ਲੈ ਕੇ ਆਈ ਆ। ਮੈਂ ਦੱਸੋ, ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ? ਪੁਲਿਸ ਨਹੀਂ ਬੁਲਾਈ? ਪੁਲਿਸ ਪਹਿਲਾਂ ਸਾਨੂੰ ਕਹਿੰਦਾ ਰਿਹਾ ਨਾ, ਦੇ ਦਾਂਗੇ। ਪੁਲਿਸ ਨਹੀਂ ਬੁਲਾਈ, ਬਸ ਸਾਨੂੰ ਅਸੀਂ ਇਹਦੀ ਜ਼ਬਾਨ ਤੇਰੇ ਪੈਸੇ ਦੇ ਦਾਂਗਾ ਅੰਕਲ ਜੀ। ਮੈਂ ਹੁਣ ਵੀ ਕਹਿੰਦਾ ਮੈਂ 5 ਤਰੀਕ ਤੁਹਾਨੂੰ ਪੈਸੇ ਦੇ ਦਾਂਗਾ, ਤੁਸੀਂ ਟੈਨਸ਼ਨ ਨਾ ਲਵੋ।
ਟੈਨਸ਼ਨ ਨਾ ਲਵੋ, ਹੁਣ ਫੋਨ ਨਹੀਂ ਚੁੱਕਦਾ। ਮੈਸੇਜ ਭੇਜਿਆ, ਮੈਂ ਕਹਿੰਦਾ ਅੰਕਲ ਜੀ ਬਾਹਰ ਗਿਆ ਆ ਬੰਦਾ ਮੇਰੇ ਨਾਲ, ਮੈਂ ਉਹਨੂੰ ਕਿਹਾ ਤੂੰ ਲੱਖ ਲੱਖ ਦੋ ਦੋ ਲੱਖ ਕਰਕੇ ਦੇ ਦੇ। ਉਸ ਤੋਂ ਬਾਅਦ ਇਹਨੇ ਸਾਡਾ ਫੋਨ ਨਹੀਂ ਚੁੱਕਿਆ। ਮੰਨ ਗਿਆ ਨੇ ਜਾਲੀ ਵੀਜ਼ੇ ਦਿੱਤੇ ਆ। ਇਹਦੇ ਮਨ ਚ ਬੇਈਮਾਨੀ ਸੀ, ਬਹੁਤ ਬੇਈਮਾਨੀ ਸੀ ਵੀ ਸਾਨੂੰ ਗਰੀਬਾਂ ਨੂੰ ਲੁੱਟਣਾ ਸੀ ਤੂੰ। ਉਦੋਂ ਹੀ ਕਹਿ ਦਿੰਦਾ ਜਦੋਂ ਅਸੀਂ ਲੱਖ ਰੁਪਇਆ ਦਿੱਤਾ ਸੀ। ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਆ। ਇਹਨੇ ਫਿਰ ਚੈੱਕ ਦਿੱਤਾ, ਅਸੀਂ ਮੇਰਾ ਆਦਮੀ ਵਿਚਾਰਾ 500 ਰੁਪਏ ਦਾ ਗੱਡੀ 'ਚ ਤੇਲ ਪਵਾ ਕੇ 500 ਰੁਪਏ ਡਰਾਈਵਰ ਨੂੰ ਦੇ ਕੇ ਇਹਦੇ ਨਾਲ ਆਉਂਦਾ ਰਿਹਾ। ਮੈਂ ਦੁਕਾਨ 'ਤੇ ਸਵੇਰੇ 5 ਵਜੇ ਬਹਿੰਦੀ ਰਹੀ, 7 ਵਜੇ ਇਹਨੂੰ ਫੜਦੇ ਸੀ ਆਗੇ। ਬੱਚਿਆਂ 'ਤੇ ਕੋਈ ਕਾਰਵਾਈ ਵੀ ਕੀਤੀ ਇਮੀਗ੍ਰੇਸ਼ਨ ਨੇ? ਨਹੀਂ ਅੱਜ ਕੋਈ ਪਰਚਾ ਪੈ ਜਾਣਾ ਜੋ ਹੈਗਾ ਇੱਥੇ ਨਿਬੇੜ ਲੈਣੇ ਆ, ਬਹਿ ਕੇ ਉੱਥੇ ਬਹਿ ਕੇ ਨਿਬੇੜ ਲਿੱਤੀ ਸਾਰੀ। ਹਾਂਜੀ ਗਲਤ ਸਾਨੂੰ ਭੁਗਤਣਾ ਪਿਆ। ਦੇਖੋ ਮੇਰਾ ਆਦਮੀ ਚਲਾ ਗਿਆ, ਮੇਰਾ ਨਿੱਕਾ ਜਿਹਾ ਮੁੰਡਾ ਮੇਰੇ ਸਿਰ ਤੇ, ਕੋਈ ਨਹੀਂ ਹੈਗਾ ਮੇਰੇ ਸਿਰ ਤੇ। ਦੱਸੋ ਹੁਣ ਤੁਸੀਂ ਡੈੱਡ ਬੋਡੀ ਲੈ ਕੇ ਆ? ਉਹ ਡੈੱਡ ਬੋਡੀ ਲੈ ਗਏ, ਉਹ ਦੇਖੋ ਐਂਬੂਲੈਂਸ 'ਚ ਪਈ ਹੋਈ ਹੈ।